ਪਟਿਆਲਾ ਸ਼ਹਿਰ ਦੇ ਅਰਬਨ ਸਟੇਟ ਇਲਾਕੇ ਦੇ ਵਿੱਚ ਉਸ ਸਮੇਂ ਹਫੜਾ ਤਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਸਿਰਫਰੇ ਵਿਅਕਤੀ ਦੇ ਵੱਲੋਂ ਕਹਾੜੀ ਦੇ ਨਾਲ ਲੋਕਾਂ ਤੇ ਹਮਲਾ ਕੀਤਾ ਜਾਣ ਲੱਗਾ। ਜਾਣਕਾਰੀ ਦੇ ਮੁਤਾਬਕ ਅਰਬਨ ਸਟੇਟ ਇਲਾਕੇ ਦੇ ਵਿੱਚ ਝਗੜੇ ਤੋਂ ਬਾਅਦ ਇੱਕ ਵਿਅਕਤੀ ਆਪਾ ਖੋ ਬੈਠਿਆ। ਉਹ ਵਿਅਕਤੀ ਨੇ ਬੇਕਾਬੂ ਹੁੰਦੇ ਹੋਏ ਕਹਾੜੀ ਦੇ ਨਾਲ ਲੋਕਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਹ ਵਿਅਕਤੀ ਕਹਾੜੀ ਲੈ ਕੇ ਲੋਕਾਂ ਦੇ ਪਿੱਛੇ ਦੌੜ ਰਿਹਾ ਸੀ, ਜਿਸ ਕਾਰਨ ਇਲਾਕੇ ਦੇ ਵਿੱਚ ਪੜਥੂ ਪੈ ਗਿਆ। ਫਿਲਹਾਲ ਉਕਤ ਵਿਅਕਤੀ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ। ਇਸ ਦੀ ਪੁਸ਼ਟੀ ਕਰਦੇ ਹੋਏ ਥਾਣਾ ਲਾਹੌਰੀ ਦੇ SHO ਮਹਿਲ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਗੁਰੂ ਨਾਨਕ ਨਗਰ ਇਲਾਕੇ ਦਾ ਰਹਿਣ ਵਾਲਾ ਹੈ। ਇਸ ਵਿਅਕਤੀ ਦਾ ਗਵਾਂਢੀਆਂ ਦੇ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਸਨੇ ਕਹਾੜੀ ਦੇ ਨਾਲ ਲੋਕਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਗੱਡੀ ਹੈਗੀ ਆ ਗੋਲ ਨਾ ਰੱਖੋ। ਪਹੁੰਚ ਕੇ ਰੱਖਿਓ ਚੰਗਾ ਦਿਓ ਤੀਜੀ ਲੰਘ ਪੈਂਦੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ 18 ਨੰਬਰ ਗਲੀ ਦੇ ਵਿੱਚ ਇੱਕ ਵਿਅਕਤੀ ਜਿਹੜਾ ਹੈਗਾ ਕੁਹਾੜੀ ਨਾਲ ਇੱਕ ਲੇਡੀ ਨੂੰ ਅਤੇ ਇੱਕ ਬੰਦੇ ਨੂੰ ਜਿਹੜਾ ਹੈਗਾ ਸੱਟਾਂ ਮਾਰ ਕੇ ਗਿਆ ਅਤੇ ਰਸਤੇ ਵਿੱਚ ਜਿਹੜਾ ਹੈਗਾ ਰਾਜਪੁਰਾ ਰੋਡ ਨੂੰ ਜਾ ਰਿਹਾ ਅਤੇ ਹੋਰ ਲੋਕ ਵੀ ਜਿਹੜੇ ਆਉਂਦੇ ਉਹਨਾਂ ਨੂੰ ਵੀ ਸੱਟਾਂ ਮਾਰਨ ਦੀ ਕੋਸ਼ਿਸ਼ ਕਰ ਰਿਹਾ। ਤਾਂ ਜਿਹੜੀ ਹੈਗੀ ਮੈਂ ਤੁਰੰਤ ਮੌਕਾ ਦੇ ਉੱਤੇ ਪੁਲਿਸ ਪਾਰਟੀ ਭੇਜੀ ਸੀ ਅਤੇ ਨਾਲ PCR ਦੇ ਮੁਲਾਜ਼ਮਾਂ ਨਾਲ ਅਤੇ ਪਬਲਿਕ ਦੀ ਸਹਾਇਤਾ ਦੇ ਨਾਲ ਉਹਨੂੰ ਜਿਹੜਾ ਕੁਹਾੜੀ ਸਮੇਤ ਜਿਹੜਾ ਮੌਕੇ ਤੋਂ ਜੈਨ ਪੈਟਰੋਲ ਪੰਪ ਦੇ ਕੋਲੋਂ ਰਾਜਪੁਰਾ ਰੋਡ ਤੋਂ ਕਾਬੂ ਕੀਤਾ। ਬੜੀ ਮੁਸ਼ਕਤ ਨਾਲ ਕਾਬੂ ਕੀਤਾ ਗਿਆ। ਉਹ ਕਾਫੀ ਜਿਹੜਾ ਹੈਗਾ ਉਹ ਲੋਕਾਂ ਨੂੰ ਜਿਹੜਾ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ।
ਠੀਕ ਨੇ ਜੀ ਉਹ ਅਜੇ ਰਜਿੰਦਰਾ ਹੋਸਪਿਟਲ ਦਾਖਲ ਨੇ ਇਹਦੇ ਸੰਬੰਧੀ ਅਗਲੀ ਕਾਰਵਾਈ ਜਿਹੜੀ ਹੈਗੀ ਥਾਣਾ ਅਰਬਨ ਸਟੇਟ ਵੱਲੋਂ ਅਮਲ 'ਚ ਲਿਆਂਦੀ ਜਾ ਰਹੀ ਹੈ। ਦੇਖੋ ਇਹਨਾਂ ਦਾ ਅਜੇ ਇਨਵੈਸਟੀਗੇਸ਼ਨ ਦੌਰਾਨ ਕਲੀਅਰ ਹੋਏਗਾ ਉਹਦਾ ਮੈਡੀਕਲ ਵਗੈਰਾ ਹੋਏਗਾ ਇਹ ਪਤਾ ਲੱਗਿਆ ਕਿ ਟੈਂਪੂ ਖਿਲਾਰਨ ਪਿੱਛੇ ਇਹਨਾਂ ਦਾ ਜਿਹੜਾ ਝਗੜਾ ਹੋਇਆ ਸੀ। ਗੁਰਬਖਸ਼ ਸਿੰਘ ਨਾਮ ਦਾ ਮੁਲਾਜ਼ਮ ਹੈਗਾ ਪੀ ਸੀ ਆਰ 'ਤੇ ਉਹਦੇ ਜਿਹੜਾ ਹੈਗਾ ਨੋਰਮਲ ਸੱਟਾਂ ਲੱਗੀਆਂ ਨੇ ਅਤੇ ਉਹ ਜਿਹੜਾ ਹੈਗਾ ਆਪਣਾ ਟ੍ਰੀਟਮੈਂਟ ਕਰਵਾ ਰਿਹਾ ਜੀ। ਹਾਂਜੀ ਦੁਬਾਰਾ ਦੱਸੋ ਕਾਨੂੰਨੀ ਕਾਰਵਾਈ ਥਾਣਾ ਅਰਬਨ ਸਟੇਟ ਦਾ ਏਰੀਆ ਹੋਣ ਕਰਕੇ ਥਾਣਾ ਅਰਬਨ ਸਟੇਟ ਵੱਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਆਵਾਜ਼ ਕੰਮ ਟੀਵੀ ਲਈ ਪਟਿਆਲਾ ਤੋਂ ਤਰੁਣ ਮਹਿਤਾ ਦੀ ਰਿਪੋਰਟ।